ਵੀਰਵਾਰ ਨੂੰ ਬੰਦ ਰਹਿਣਗੇ ਔਰ ਇੱਕ ਟਾਈਮ ਦਾ ਖਾਣਾ ਸਕਿਪ ਕਰੋ ਤਾਂ ਕਿ ਆਪਾਂ ਜਿਹੜੇ ਲੋਕ ਭੁੱਖੇ ਸੌ ਰਹੇ ਨੇ ਜਿਨ੍ਹਾਂ ਨੂੰ ਖਾਣ ਨੂੰ ਨਹੀਂ ਮਿਲਦਾ ਆਪਾਂ ਉਹਨਾਂ ਦਾ ਪੇਟ ਭਰ ਸਕੀਏ ਉਹਨਾਂ ਨੂੰ ਇੱਕ ਲੰਗ ਦਾ ਖਾਣਾ ਦੇ ਸਕੀਏ ਇਸ ਤਰ੍ਹਾਂ ਦੇ ਸਲੋਗਨ ਜਿਹੜੇ ਸੀਗੇ ਉਸ ਸਮੇਂ ਦੀਆਂ ਸਰਕਾਰਾਂ ਦਿੰਦੇ ਸੀ ਦਿੰਦੀਆਂ ਸੀਗੀਆਂ ਇਹ ਹਿਸਟਰੀ ਆ ਇਤਿਹਾਸ ਆ ਭਾਰਤ ਦੇਸ਼ ਦਾ ਔਰ ਉਸ ਤੋਂ ਬਾਅਦ 1962 ਦੇ ਅੰਦਰ 1962 ਦੇ ਅੰਦਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ 1962 ਦੇ ਅੰਦਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਆ ਔਰ ਐਗਰੀਕਲਚਰ ਯੂਨੀਵਰਸਿਟੀ ਦੀ ਸਥਾਪਨਾ ਹੋਣ ਤੋਂ ਬਾਅਦ ਵੱਡੀਆਂ ਵੱਡੀਆਂ ਯੂਨੀਵਰਸਿਟੀ ਦੇ ਨਾਲ ਮੈਕਸੀਕੋ ਦੇ ਨਾਲ ਫਿਲਪਾਈਨਸ ਦੇ ਨਾਲ ਵੱਡੇ ਪੱਧਰ ਤੇ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਮਿਲ ਕੇ ਕੰਮ ਕੀਤਾ ਔਰ ਉਸ ਕੰਮ ਦਾ ਰਿਜ਼ਲਟ ਇਹ ਹੋਇਆ ਕਿ ਭਾਰਤ ਦੇਸ਼ ਦੀ ਜਿਹੜੀ ਪ੍ਰੋਡਕਸ਼ਨ ਸੀ ਜਿਵੇਂ ਪੰਜਾਬ ਦੀ ਗੱਲ ਕਰਾਂ ਪੰਜਾਬ ਦੀ ਪ੍ਰੋਡਕਸ਼ਨ ਸੀ ਜਿਹੜੀ ਬੀਟ ਦੇ ਖੇਤਰ ਦੇ ਅੰਦਰ 10% ਦੀ ਵਧੀ ਔਰ 40% ਜਿਹੜੀ ਲਗਭਗ ਆ ਉਹ ਰਾਈਸ ਯਾਨੀ ਚਾਵਲ ਦੇ ਖੇਤਰ 'ਚ ਵਧੀ ਵੱਡੀ ਜਿਹੜਾ ਮਾਰਕਾ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਮਾਰਿਆ ਔਰ ਹੁਣ ਤੱਕ 1992 ਤੋਂ ਲੈ ਕੇ ਜੇ ਮੈਂ ਗੱਲ ਕਰਾਂ 1962 ਤੋਂ ਲੈ ਕੇ 1962 ਤੋਂ ਲੈ ਕੇ ਹੁਣ ਤੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ 950 ਵੱਖ ਵੱਖ ਕ੍ਰੌਪ ਦੀਆਂ ਵਰਾਇਟੀਆਂ ਨੂੰ ਜਨਮ ਦਿੱਤਾ 950 ਵੱਖ ਵੱਖ ਵਰਾਇਟੀਆਂ ਨੂੰ ਜਨਮ ਦਿੱਤਾ ਜਿਹਦੇ ਕਾਰਨ ਅੱਜ ਇਹ ਸੰਭਵ ਹੋ ਸਕਿਆ ਕਿ ਦੇਸ਼ ਦੇ ਅੰਦਰ ਝੋਨੇ ਦੀ ਪ੍ਰੋਡਕਸ਼ਨ ਦੇਸ਼ ਦੇ ਅੰਦਰ ਕਣਕ ਦੀ ਪ੍ਰੋਡਕਸ਼ਨ ਜਿਹੜੀ ਆ ਉਹਦੇ 'ਚ ਵੱਡੀ ਪੱਧਰ 'ਤੇ ਵਾਧਾ ਹੋਇਆ ਅੱਜ ਪੰਜਾਬ ਨੂੰ ਜਿਹੜਾ ਬ੍ਰੈਡ ਬਾਸਕਿਟ ਕਿਹਾ ਜਾਂਦਾ ਗਾ ਇਸ ਲਈ ਕਿਹਾ ਜਾਂਦਾ ਗਾ ਕਿਉਂਕਿ ਪੰਜਾਬ ਦੀ ਐਗਰੀਕਲਚਰ ਯੂਨੀਵਰਸਿਟੀ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕੀਤਾ ਗਾ ਔਰ ਲਗਭਗ ਪੰਜਾਬ ਦੀ ਜਿਹੜੀ ਆ 12 ਟਨ ਪ੍ਰਤੀ ਹੈਕਟੇਅਰ ਜਿਹੜੀ ਆ ਪ੍ਰਤੀ ਹੈਕਟੇਅਰ ਉਹ ਰਾਈਸ ਅਤੇ ਬੀਟ ਦੀ ਪ੍ਰੋਡਕਸ਼ਨ ਜਿਹੜੀ ਆ ਉਹ ਪੰਜਾਬ ਕਰਦਾ ਜਿਹਦਾ ਵਰਲਡ ਦੇ ਅੰਦਰ ਕੋਈ ਮੈਚ ਨਹੀਂ ਪੂਰੇ ਸੰਸਾਰ ਦੇ ਅੰਦਰ ਹਾਈਐਸਟ ਪ੍ਰੋਡਕਸ਼ਨ ਕਿਹੜੇ ਸਟੇਟ 'ਚ ਹੁੰਦੀ ਆ ਇੰਡੀਆ ਦੇ ਅੰਦਰ ਅਤੇ ਪੂਰੇ ਵਰਲਡ ਦੇ ਅੰਦਰ ਉਹ ਪੰਜਾਬ 'ਚ ਹੁੰਦੀ ਆ 12 ਟਨ ਹੈ ਜਿਹੜਾ ਹੈਗਾ ਪ੍ਰਤੀ ਹੈਕਟੇਅਰ ਇਹ ਬਹੁਤ ਵੱਡਾ ਅੰਕੜਾ ਗਾ ਇਹ ਪੂਰੇ ਵਰਲਡ ਦੇ ਅੰਦਰ ਕਿਤੇ ਮੈਚ ਨਹੀਂ ਖਾਂਦਾ ਗਾ ਇਹ ਪੰਜਾਬ ਦੀ ਸਿਚੁਏਸ਼ਨ ਆ ਪੰਜਾਬ ਦੀ ਸਥਿਤੀ ਆ ਕਿ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਮਜ਼ਦੂਰ ਨੇ ਪੰਜਾਬ ਦੇ ਆੜ੍ਹਤੀਏ ਨੇ ਕਿੰਨੀ ਹੱਡ ਭੰਨਵੀਂ ਮਿਹਨਤ ਕੀਤੀ ਆ ਕਿੰਨੀ ਸਖਤ ਕਮਾਈ ਕੀਤੀ ਆ ਸਾਡੇ ਵਿਗਿਆਨੀਆਂ ਨੇ ਸਾਡੇ ਖੇਤੀਬਾੜੀ ਵਿਗਿਆਨੀਆਂ ਨੇ ਕਿੱਡੀ ਵੱਡੀ ਮਿਹਨਤ ਕੀਤੀ ਆ ਕਿ ਪੰਜਾਬ ਨੂੰ ਦੁਨੀਆ ਦਾ ਮੋਹਰੀ ਸੂਬਾ ਬਣਾਇਆ ਜਿੱਥੇ ਸਭ ਤੋਂ ਵੱਧ ਪ੍ਰੋਡਕਸ਼ਨ ਚਾਵਲ ਦੀ ਹੁੰਦੀ ਆ ਜਿੱਥੇ ਸਭ ਤੋਂ ਵੱਧ ਪ੍ਰੋਡਕਸ਼ਨ ਕਣਕ ਦੀ ਹੁੰਦੀ ਆ ਸੋ ਅੱਜ ਲਗਭਗ ਪੰਜਾਬ ਦਾ 1.53% ਜਿਹੜਾ ਆਪਣਾ ਰਕਬਾ ਗਾ ਪੰਜਾਬ ਦਾ ਰਕਬਾ ਕਿੰਨਾ ਗਾ ਦੇਸ਼ ਦੇ ਰਕਬੇ ਦੇ ਮੁਤਾਬਕ ਜਿਹੜਾ ਖੇਤੀਬਾੜੀ 'ਚ ਆਉਂਦਾ ਗਾ 1.53 ਜਿਹੜਾ ਏਰੀਆ ਗਾ ਉਹ ਪੰਜਾਬ ਦਾ ਗਾ ਔਰ ਪੰਜਾਬ ਲਗਭਗ 22% ਜਿਹੜਾ ਉਹ ਚਾਵਲ 'ਚ 22% ਚਾਵਲ ਦੇ ਖੇਤਰ 'ਚ ਔਰ 46% ਜਿਹੜਾ ਗਾ ਉਹ ਬੀੜ ਦੇ ਖੇਤਰ ਵਿੱਚ ਸੈਂਟਰਲ ਗ੍ਰੇਨ ਪੂਲ ਦੇ ਅੰਦਰ ਆਪਣਾ ਹਿੱਸਾ ਪਾਉਂਦਾ ਗਾ ਇਹ ਬਹੁਤ ਵੱਡਾ ਅੰਕੜਾ ਗਾ ਦੇਸ਼ ਦੇ ਕਿਸੇ ਸਟੇਟ ਦਾ ਇਹ ਅੰਕੜਾ ਨਹੀਂ ਹੈਗਾ ਦੇਸ਼ ਦੇ ਕਿਸੇ ਸਟੇਟ ਨੇ ਦੇਸ਼ ਦੇ ਲੋਕਾਂ ਦਾ ਪੇਟ ਭਰਨ ਦੇ ਲਈ ਇੰਨੀ ਸਖਤ ਮਿਹਨਤ ਨਹੀਂ ਕੀਤੀ ਜਿੰਨੀ ਪੰਜਾਬ ਦੇ ਲੋਕਾਂ ਨੇ ਕੀਤੀ ਆ ਜਿੰਨੀ ਪੰਜਾਬ ਦੇ ਕਿਸਾਨ ਨੇ ਕੀਤੀ ਆ ਜਿੰਨੀ ਪੰਜਾਬ ਦੇ ਮਜ਼ਦੂਰ ਨੇ ਕੀਤੀ ਆ ਜਿੰਨੀ ਪੰਜਾਬ ਦੇ ਟ੍ਰੇਡਰ ਨੇ ਵਪਾਰੀਆਂ ਨੇ ਕੀਤੀ ਆ ਇੰਨੀ ਮੈਂ ਸਮਝਦਾ ਮਿਹਨਤ ਦੇਸ਼ ਦੇ ਕਿਸੇ ਹੋਰ ਸੂਬੇ ਦੇ ਕਿਸਾਨ ਨੇ ਨਹੀਂ ਕੀਤੀ ਪਰ ਇਹਦੇ ਲਈ ਮੈਂ ਸਮਝਦਾ ਮੈਂ ਪੰਜਾਬ ਦੇ ਜਿੱਥੇ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਗਾ ਉੱਥੇ ਸਾਡੇ ਜਿਹੜੇ ਖੇਤੀਬਾੜੀ ਵਿਗਿਆਨੀ ਨੇ ਜਿਹੜੇ ਲੁਧਿਆਣੇ ਦੇ ਵਿਗਿਆਨੀ ਨੇ ਜਿਨ੍ਹਾਂ ਨੇ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹੱਡ ਭੰਨਵੀਂ ਜਿਹੜੀ ਮਿਹਨਤ ਆ ਉਹਦੇ ਕਰਕੇ ਅੱਜ ਪੰਜਾਬ ਨੂੰ ਮੋਹਰੀ ਸੂਬਿਆਂ 'ਚ ਦਰਜ ਕਰਵਾਇਆ ਔਰ ਜਿਹਦੇ ਕਰਕੇ ਅੱਜ ਪੰਜਾਬ ਨਹੀਂ ਪੂਰੇ ਦੇਸ਼ ਦੇ ਲੋਕਾਂ ਕੋਲ ਪੂਰੇ ਦੇਸ਼ ਦੇ ਲੋਕ ਅੱਜ ਭੁੱਖੇ ਢਿੱਡ ਨਹੀਂ ਸੌਂਦੇ ਅੱਜ ਦੇਸ਼ ਦੇ ਲੋਕਾਂ ਕੋਲ ਉਹਨਾਂ ਦਾ ਪੇਟ ਭਰਨ ਜੋਗਾ ਖਾਣਾ ਮੌਜੂਦ ਆ ਦੇਸ਼ ਦੇ ਲੋਕਾਂ ਕੋਲ ਉਹਨਾਂ ਅੰਨ ਹੈਗਾ ਗਾ ਉਹਨਾਂ ਫੂਡ ਹੈਗਾ ਗਾ ਕਿ ਜਿਹਦੇ ਨਾਲ ਉਹ ਅੱਛੇ ਤਰੀਕੇ ਨਾਲ ਰੋਟੀ ਖਾ ਕੇ ਰਾਤ ਨੂੰ ਸੌਂ ਸਕਣ ਇਹ ਸਥਿਤੀ ਕਿਹਨੇ ਬਣਾਈ ਆ
ਇਹ ਪੰਜਾਬ ਦੀ ਹਿਸਟਰੀ ਨੇ ਬਣਾਈ ਆ, ਇਹ ਪੰਜਾਬ ਦੇ ਲੋਕਾਂ ਨੇ ਬਣਾਈ ਆ। ਪੁਰਾਣੇ ਸਮਿਆਂ 'ਚ ਇਹ ਸੰਭਵ ਨਹੀਂ ਸੀਗਾ। ਜੇ ਪੰਜਾਬ ਦੇ ਐਗਰੀਕਲਚਰ ਯੂਨੀਵਰਸਿਟੀ ਨੇ ਖੋਜਾਂ ਕੀਤੀਆਂ, ਜੇ ਪੰਜਾਬ ਦੇ ਕਿਸਾਨ ਨੇ ਹੱਡ ਭੰਨਵੀਂ ਮਿਹਨਤ ਕੀਤੀ, ਜੇ ਪੰਜਾਬ ਦੇ ਮਜ਼ਦੂਰ ਨੇ ਮੋਢੇ ਨਾਲ ਮੋਢਾ ਲਾ ਕੇ ਕਿਸਾਨ ਦੇ ਖੜਾ ਹੋਇਆ, ਤਾਂ ਮੈਂ ਸਮਝਦਾ ਅੱਜ ਪੋਜੀਸ਼ਨ ਇਹ ਬਣੀਆ ਕਿ ਦੇਸ਼ ਦੇ ਲੋਕ ਭੁੱਖੇ ਢਿੱਡ ਨਹੀਂ ਸੌਂਦੇ। ਅੱਜ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਜਾਂਦਾ ਗਾ, ਜਿਹਦੇ ਕਰਕੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਪੰਜਾਬ ਦਾ ਗਾ। ਹਾਂ ਠੀਕ ਆ, ਹੁਣ ਹਾਲਾਤ ਬਦਲੇ ਨੇਗੇ। ਇਹਨਾਂ ਬਦਲੇ ਹੋਏ ਹਾਲਾਤਾਂ 'ਚ ਦੇਸ਼ ਦੇ ਕਈ ਹੋਰ ਸੂਬੇ ਜਿਹੜੇ ਨੇਗੇ, ਦੇਸ਼ ਦੇ ਕਈ ਹੋਰ ਸੂਬੇ ਨੇਗੇ, ਉਹ ਵੀ ਰਾਈਸ ਦੀ ਪੈਦਾਵਾਰ ਕਰਨ ਲੱਗ ਗਏ, ਉਹ ਵੀ ਚਾਵਲ ਦੀ ਪੈਦਾਵਾਰ ਕਰਨ ਲੱਗ ਗਏ, ਉਹ ਵੀ ਕਣਕ ਦੀ ਪੈਦਾਵਾਰ ਕਰਨ ਲੱਗ ਗਏ। ਪਰ ਲੇਕਿਨ ਜਦੋਂ ਦੇਸ਼ ਦੇ ਲੋਕ ਭੁੱਖੇ ਢਿੱਡ ਸੌਂਦੇ ਸੀਗੇ, ਬਗੈਰ ਅੰਨ ਤੋਂ ਸੌਂਦੇ ਸੀਗੇ, ਬਗੈਰ ਖਾਣੇ ਤੋਂ ਸੌਂਦੇ ਸੀਗੇ, ਤਾਂ ਉਸ ਸਮੇਂ ਪੰਜਾਬ ਦਾ ਕਿਸਾਨ, ਪੰਜਾਬ ਦਾ ਖੇਤ ਮਜ਼ਦੂਰ, ਪੰਜਾਬ ਦਾ ਆੜ੍ਹਤੀਆ, ਪੰਜਾਬ ਦਾ ਸੈਲਰ ਮਾਲਕ ਡਟ ਕੇ ਸਖ਼ਤ ਮਿਹਨਤ ਕਰ ਰਿਹਾ ਸੀਗਾ ਤਾਂ ਕਿ ਸਾਡੇ ਦੇਸ਼ ਦੇ ਲੋਕ ਭੁੱਖੇ ਨਾ ਸੌਣ, ਸਾਡੇ ਦੇਸ਼ ਦੇ ਲੋਕਾਂ ਨੂੰ ਖਾਣਾ ਮਿਲੇ। ਇਹ ਰੋਲ ਜਿਹੜਾ ਗਾ, ਇਹ ਹਿਸਟਰੀ ਜਿਹੜੀ ਆ, ਪੰਜਾਬ ਦੇ ਲੋਕਾਂ ਨੇ ਨਿਭਾਈ ਆ, ਪੰਜਾਬ ਦੇ ਲੋਕਾਂ ਨੇ ਪੈਦਾ ਕੀਤੀ ਆ। ਪਰ ਲੇਕਿਨ ਅੱਜ ਕੇਂਦਰ ਸਰਕਾਰ ਕੋਲ ਇਨਫ ਫੂਡ ਹੋ ਗਿਆ, ਅੱਜ ਹੋਰ ਸਟੇਟ ਜਿਹੜੇ ਨੇਗੇ ਉਹਨਾਂ ਦੀ ਪ੍ਰੋਡਕਟਿਵਿਟੀ ਵੱਧ ਗਈ, ਤਾਂ ਜੋ ਪੰਜਾਬ ਦੇ ਨਾਲ ਮਤਰੇਈ ਮਾੜਾ ਸਲੂਕ ਕਰ ਰਹੇ ਨੇ। ਅੱਜ ਭਾਰਤੀ ਜਨਤਾ ਪਾਰਟੀ ਆਪਣੀ ਗੰਦੀ ਰਾਜਨੀਤੀ ਦਾ ਮੁਜ਼ਾਹਰਾ ਕਰ ਰਹੀ ਆ, ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰ ਰਹੀ ਆ, ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨ ਤੋਂ ਬਦਲਾ ਲੈ ਰਹੀ ਆ, ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਪਾਰੀਆਂ ਤੋਂ, ਪੰਜਾਬ ਦੇ ਖੇਤ ਮਜ਼ਦੂਰਾਂ ਤੋਂ, ਪੰਜਾਬ ਦੇ ਦਲਿਤਾਂ ਤੋਂ ਜਿਹੜਾ ਬਦਲਾ ਲੈ ਰਹੀ ਆ। ਕਿਉਂਕਿ ਜਦੋਂ 3 ਕਾਲੇ ਕਾਨੂੰਨ ਆਏ, ਦੇਸ਼ ਜਾਣਦਾ ਗਾ, ਜਦੋਂ 3 ਕਾਲੇ ਕਾਨੂੰਨ ਆਏ, ਜਦੋਂ ਅਡਾਨੀ ਨੂੰ ਖੁਸ਼ ਕਰਨ ਦੇ ਲਈ, ਜਦੋਂ ਕਾਰਪੋਰੇਟ ਹਾਊਸ ਨੂੰ ਖੁਸ਼ ਕਰਨ ਦੇ ਲਈ, ਜਦੋਂ ਆਪਣੇ ਚੁਣਿੰਦਾ ਪਰਿਵਾਰਾਂ ਨੂੰ ਖੁਸ਼ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ 3 ਬਲੈਕ ਲਾ ਲੈ ਕੇ ਆਈ ਕਿ ਮੈਂ ਸਾਰੀ ਖੇਤੀ ਦੇਸ਼ ਦੀ, ਪੰਜਾਬ ਦੀ ਖੇਤੀ, ਹਰਿਆਣੇ ਦੀ ਖੇਤੀ, ਇਹ ਸਾਰੀਆਂ ਖੇਤੀਆਂ ਜਿਹੜੀਆਂ ਨੇਗੀਆਂ, ਸਾਰੇ ਖੇਤ ਲੈਗੇ ਮੈਂ ਅਡਾਨੀਆਂ ਅਵਾਨੀਆਂ ਨੂੰ ਦੇਣੇ ਨੇਗੇ, ਸਾਰੀ ਖੇਤੀ ਉਹਨਾਂ ਦੇ ਹਵਾਲੇ ਕਰਨੀ ਆ। ਤਾਂ ਪੰਜਾਬ ਦਾ ਕਿਸਾਨ ਇੱਕ ਵਾਰ ਫਿਰ ਡਟ ਕੇ ਕੇਂਦਰ ਸਰਕਾਰ ਦੇ ਸਾਹਮਣੇ ਖੜਾ ਹੋਇਆ, ਇੱਕ ਵਾਰ ਛਾਤੀ ਤਾਣ ਕੇ ਦੇਸ਼ ਲਈ ਲੜਿਆ, ਦੇਸ਼ ਦੇ ਲੋਕਾਂ ਲਈ ਲੜਿਆ। ਕਿਉਂਕਿ ਪੰਜਾਬ ਦਾ ਕਿਸਾਨ, ਪੰਜਾਬ ਦਾ ਖੇਤ ਮਜ਼ਦੂਰ ਇਸ ਗੱਲ ਤੋਂ ਜਾਣੂ ਆ ਕਿ ਜੇਕਰ ਇਹ ਸਾਰੀ ਖੇਤੀ, ਜੇਕਰ ਇਹ ਸਾਰੀਆਂ ਫਸਲਾਂ ਕਾਰਪੋਰੇਟ ਘਰਾਣਿਆਂ ਦੇ ਚਲੀਆਂ ਗਈਆਂ, ਤਾਂ ਇੱਕ ਦਿਨ ਉਹ ਆਊਗਾ ਕਿ ਜਦੋਂ ਦੇਸ਼ ਦੇ ਲੋਕ ਫਿਰ ਭੁੱਖੇ ਮਰਨ ਲੱਗਣਗੇ, ਜਦੋਂ ਦੇਸ਼ ਦੇ ਲੋਕਾਂ ਨੂੰ ਫਿਰ ਮਹਿੰਗੇ ਭਾਅ ਨਾਲ ਅੰਨ ਖਰੀਦਣਾ ਪਊਗਾ। ਇੱਕ ਵੱਡੀ ਲਹਿਰ ਦੇਸ਼ ਦੇ ਅੰਦਰ ਚੱਲੀ, ਇੱਕ ਵੱਡਾ ਕਿਸਾਨ ਅੰਦੋਲਨ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਦੇ ਖਿਲਾਫ ਚੱਲਿਆ, ਜਿਹਦੇ ਵਿੱਚ ਮੈਂ ਸਮਝਦਾ ਮੋਸਟਲੀ ਅਗਵਾਈ ਜਿਹੜੀ ਆ ਪੰਜਾਬ ਨੇ ਕੀਤੀ, ਬੇਸ਼ੱਕ ਵੱਡਾ ਹਿੱਸਾ ਹਰਿਆਣੇ ਦੇ ਕਿਸਾਨਾਂ ਨੇ, ਰਾਜਸਥਾਨ ਦੇ ਕਿਸਾਨਾਂ ਨੇ, ਯੂਪੀ ਦੇ ਕਿਸਾਨਾਂ ਨੇ, ਵੈਸਟ ਬੰਗਾਲ ਦੇ ਕਿਸਾਨਾਂ ਨੇ, ਝਾਰਖੰਡ ਦੇ ਕਿਸਾਨਾਂ ਨੇ, ਹੋਰ ਰਾਜਾਂ ਦੇ ਕਿਸਾਨਾਂ ਨੇ ਡਟ ਕੇ ਪਾਇਆ, ਪਰ ਉਹਦੇ ਵਿੱਚ ਮੋਹਰੀ ਰੋਲ ਜਿਹੜਾ ਸੀ ਉਹ ਪੰਜਾਬ ਦੇ ਕਿਸਾਨਾਂ ਨੇ ਨਿਭਾਇਆ। ਪੰਜਾਬ ਦਾ ਬੱਚਾ ਬੱਚਾ ਉਸ ਕਿਸਾਨ ਅੰਦੋਲਨ ਦਾ ਹਿੱਸਾ ਬਣਿਆ, ਉਸ ਕਿਸਾਨ ਅੰਦੋਲਨ 'ਚ ਆਪਣਾ ਬਣਦਾ ਯੋਗਦਾਨ ਪਾਇਆ, ਔਰ ਭਾਰਤੀ ਜਨਤਾ ਪਾਰਟੀ ਨੂੰ, ਜਿਹੜਾ ਮੂੰਹ ਦੀ ਖਾਣੀ ਪਈ। ਇਤਿਹਾਸ ਗਵਾਗਾ ਕਿ ਭਾਰਤੀ ਜਨਤਾ ਪਾਰਟੀ ਨੇ ਗੋਡੇ ਟੇਕ ਕੇ, ਭਾਰਤੀ ਜਨਤਾ ਪਾਰਟੀ ਵੱਲੋਂ ਬਣਾਏ ਗਏ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਨੇ ਜੋ ਕਾਲਾ ਕਾਨੂੰਨ ਲਿਆਂਦਾ ਸੀ, ਉਹਨਾਂ ਨੇ ਆਪਣੀ ਜਵਾਨੀ ਉਹ ਕਾਨੂੰਨ ਵਾਪਸ ਲਿਆ, ਕਾਲੇ ਕਾਨੂੰਨ ਵਾਪਸ ਭਾਰਤੀ ਜਨਤਾ ਪਾਰਟੀ ਦੇ ਲੈ ਕੇ ਆਉਂਦੇ ਸੀਗੇ ਦੇਸ਼ ਦੇ ਕਿਸਾਨ ਨੂੰ ਮਾਰਨ ਦੇ ਲਈ, ਆਪਣੇ ਚੰਦ ਪਰਿਵਾਰਕ ਮੈਂਬਰਾਂ ਨੂੰ, ਆਪਦੇ ਚੰਦ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਾਨੂੰਨ ਲੈ ਕੇ ਆਉਂਦੇ ਸੀ। ਅਲਟੀਮੇਟਲੀ ਉਸ ਕਿਸਾਨੀ ਸੰਘਰਸ਼ ਦੇ ਕਾਰਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਗੋਡੇ ਟੇਕਣੇ ਪਏ। ਅੱਜ ਉਹੀ ਬਦਲਾ ਇੱਕ ਸਿਆਸੀ ਸੋਚ, ਇੱਕ ਗੰਦੀ ਰਾਜਨੀਤੀ ਦੇ ਤਹਿਤ, ਇੱਕ ਡਿਜ਼ਾਈਨ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨ ਤੋਂ ਬਦਲਾ ਲੈ ਰਹੀ ਹੈ। ਇਹ ਗੰਦੀ ਸੋਚ ਆ ਕਿ ਪੰਜਾਬ ਦਾ ਅਨਾਜ, ਪੰਜਾਬ ਦਾ ਅੰਨ ਜਿਹੜਾ ਕੇਂਦਰ ਸਰਕਾਰ ਖਰੀਦ ਚੁੱਕੀ ਹੈ, ਕੇਂਦਰ ਸਰਕਾਰ ਨਹੀਂ ਚੱਕ ਰਹੀ। ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਮੇਰੇ ਕੋਲ 2 ਲੈਟਰ ਨੇ, 17 ਸਪਤੰਬਰ
30 सितंबर आ दो लैटर ने मेरे को जेड़े साडे मानयोग मुख्यमंत्री सरदार भगवंत सिंह मान जी ने केंद्र के मंत्री केंद्र के कैबिनेट वजीर प्रहलाद जोशी जी उन्होंने कैबिनेट के एग्री कैबिनेट के वजीर प्रहलाद जोशी यूनियन मिनिस्टर गवर्नमेंट ऑफ इंडिया मिनिस्ट्री ऑफ कंज्यूमर अफेयर फूड एंड पब्लिक डिस्ट्रीब्यूशन प्रहलाद जोशी ने दो लैटर भेजे यानी कि कम्युनिकेशन एस्टैबलिश की साडे मानयोग मंत्री श्री लाल चंद कटारू चक जी कई बार खुद जाके प्रहलाद जोशी जी ने मिलकर आए साडे अधिकारीगण लगातार मीटिंग दर मीटिंग केंद्र सरकार ने करते रहे कि पंजाब के अंदर चावल पंजाब के गोडाउन जड़े ने चावलों भरे पे ने पंजाब के गोडाउन खाली करो साड़ी नवी फसल आ रही है और इस तो बाद 6 महीनों बाद कणक की फसल आनी है साढ़े गोडाउन खाली करो। हाँ जी इस महीने करते हैं, हाँ जी अगले महीने करते हैं, पर लेकिन भारतीय जनता पार्टी की सरकार के मन के अंदर दिमाग के अंदर एक बहुत बड़ी साजिश जिहड़ी आ वो पंजाबियों के खिलाफ पंजाब के खिलाफ पंजाब के लोगों के खिलाफ पंजाब के किसान के खिलाफ पंजाब के खेत मजदूर के खिलाफ पंजाब के व्यापारियों के खिलाफ चल रही सी क्योंकि भारतीय जनता पार्टी का डिजाइन आ भारतीय जनता पार्टी की हिस्टरी आ कि हमेशा नफरत की राजनीति फैलाउंदी आ हमेशा ही लोगों नूं पाड़ो डिवाइड करके राज करन दा सुपना जिहड़ा भारतीय जनता पार्टी अपना पूरा करती है। हर जगह दे उत्ते पहला नफरत फैलाउणी नफरत तो बाद उस नफरत दे सिर दे उत्ते अपनियां सियासी रोटियां सेकणियां यह भारतीय राजनीति भारतीय जनता पार्टी की राजनीति है भरावो। भारतीय जनता पार्टी इसे डिजाइन के उत्ते कदे विकास के डिजाइन से नहीं चलती भारतीय जनता पार्टी कदे काम के उत्ते नहीं चलती भारतीय जनता पार्टी वो सिर्फ कदे धर्म का सहारा लेंदी आ कदे जात का सहारा लेंदी आ कदे किसी वर्ग का सहारा लेंदी आ वर्गीकरण करके उदा ध्रुवीकरण करती आ फिर उन्होंने वोटां च तब्दील करती आ फिर राज करती आ यह भारतीय जनता पार्टी का डिजाइन आ। यही कारण कि अज जिहड़ा इन्ने लैटर लिखण के बावजूद इन्ने मीटिंगां करन के बावजूद मानयोग मुख्यमंत्री साहब भी मीटिंग करके आए ने खुद थोड़े दिन पहला तुहानूं देखिया तुसीं ने मुख्यमंत्री साहब भी मीटिंग जाके आए ने साडे कैबिनेट के वजीर लाल चंद जी भी मीटिंगां करके आए ने साडे फूड डिपार्टमेंट के सैकटरी साहब भी मीटिंगां करके आए ने साडे होर अधिकारीगण वो भी मीटिंगां करके आए ने कि भाई साडा चावल जिहड़ा पिया गा उहदी लिफ्टिंग करो उहनूं चक्को ताकि साडे गोडाउन खाली होण असीं उत्थे होर जिहड़ी जीरी आ ला सकीए। पर भारतीय जनता पार्टी जिहड़ी आ उह लगातार पंजाब दे खिलाफ साजिशां कर रही सी कि पंजाब दे अंदर किवें अनिश्चितता दा माहौल बनाया जावे किवें पंजाब नूं जिहड़ा हैगा काले दौर वल तकिया जावे किवें पंजाब दे अंदर जिहड़ी आ बद अदबी फैलाई जावे किवें लोकां दे अंदर दहशत फैलाई जावे किवें लोकां नूं मजबूर कीता जावे यह सारा डिजाइन जिहड़ा सी वो भारतीय जनता पार्टी का सीगा। पर लेकिन आम आदमी पार्टी की सरकार सरदार भगवंत सिंह मान जी डट के पंजाब के किसान नाल असीं खड़े हां साडी सरकार